ਮੈਂ ਜੈਕਟ ਜੀ ਅੱਜ ਕੱਢਿਆ ਤੇ ਮੈਂ ਪਵਨ ਨੂੰ ਕਿਹਾ, ਮੈਂ ਪਵਨ ਵੀ ਇਹਦੇ ਉੱਪਰ ਤਾਂ ਨਾ ਦਾਗ ਪਏ ਹੋਏ ਆ। ਪਵਨ ਕਹਿੰਦੀ ਦਾਗ ਅੱਛੇ ਹੈ। ਹੁਣ ਨਾ ਥੋੜੇ ਦਿਨ ਬਾਅਦ ਪਵਨ ਦੀ ਭੈਣ ਦਾ ਵਿਆਹ ਵਾ, ਜਿਹੜਾ ਇਹ ਸੂਟ ਲੈ ਕੇ ਆਊਗੀ ਮੈਂ ਉਹਦੇ ਉੱਪਰ ਨਾ ਦਹੀਂ ਦੇ ਛਿੱਟੇ ਪਾਊਂਗਾ ਤੇ ਫਿਰ ਕਹੂੰਗਾ ਦਾਗ ਅੱਛੇ ਹੈ, ਫਿਰ ਪਤਾ ਲੱਗੂਗਾ ਵੀ ਕੀ ਪਾ ਪੈਂਦੀ ਆ। ਠੀਕ ਹੈ, ਦਸੰਬਰ ਦਾ ਮਹੀਨੇ ਚੜੀ ਜਾਂਦਾ। ਇੱਕ ਬਾਈ ਕਹਿੰਦਾ ਤੂੰ ਮਹੀਨੇ ਬਾਅਦ ਬਲੌਗ ਪਾਉਣ ਲੱਗਿਆ। ਮੈਂ ਨਹੀਂ ਯਾਰ, ਵੀ ਤੂੰ ਵੀ ਦੇਖ ਮੈਂ 4 ਦਸੰਬਰ ਮੈਂ ਕਰਨ ਵਾਲੀ ਵੀਡੀਓ ਦਾ ਐਡਿਟ ਸਹੀ ਕਰਤਾ ਨਾ, ਮੈਂ ਵਾਇਸ ਓਵਰ ਕਰਤਾ ਜਿਹੜੀ ਮੈਂ ਕਿਹਾ ਨਾ, ਮੈਂ ਕਿਹਾ 3 ਦਸੰਬਰ 2024। ਚਲੋ ਅੱਜ ਸਾਡਾ ਪਲੈਨ ਆ, ਅੱਜ ਅਸੀਂ ਚੱਲਿਆ ਮੋਹਾਲੀ, ਕੱਲ ਨੂੰ ਡੈਡੀ ਹੋਣਾ ਦਾ ਹੈਗਾ ਸਵੇਰੇ ਮੈਡੀਕਲ ਤੇ ਸਵੇਰੇ ਜਾਣਾ, ਮਤਲਬ ਸਵੇਰੇ ਟਾਈਮ ਤੇ ਪਹੁੰਚਣਾ ਸਾਡੇ ਸਾਰਿਆਂ ਲਈ ਬਹੁਤ ਮੁਸ਼ਕਿਲ ਆ। ਸੋ ਅਸੀਂ ਇੱਕ ਦਿਨ ਪਹਿਲਾਂ ਹੀ ਚੱਲੇ ਆ, ਕਿਉਂ ਜੀ ਨਾਲੇ ਵਧੀਆ ਡੈਡੀ ਉਹਨਾਂ ਨੂੰ ਮੋਹਾਲੀ ਘੁਮਾ ਲਿਆਵਾਂਗੇ, ਉਹ ਘਰ ਦਿਖਾ ਲਿਆਵਾਂਗੇ ਆਪਣੇ ਵਾਲਾ। ਹਾਂਜੀ 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 ਸਾਡਾ ਹਾਂਜੀ ਹਾਂਜੀ ਆਉਣ ਵਾਲਾ। ਹਰਮਨ ਨਾਲ ਗੋਦੀ ਚ ਸੀਗਾ ਤੇ ਮੈਂ ਗੱਡੀ ਜਦੋਂ ਬੈਠਣ ਲੱਗਿਆ ਕਰਨ, ਮੈਂ ਗੱਡੀ ਤੋਰ ਲਿਆ ਕਰਾਂ, ਗੱਡੀ ਬੇ ਕਹਿੰਦਾ ਚਾਚਾ ਯੂ ਹੈਵ ਟੂ ਪੇ ਫੋਰ ਦਿਸ, ਬਦਲਾ ਲਊਗਾ ਯੂ ਹੈਵ ਟੂ ਪੇ ਫੋਰ ਦਿਸ। ਚਲੋ ਵੀ ਲੈਟਸ ਗੋ। ਹੀਟ ਅਸੀਂ ਨਾਲ ਪੈਕ ਹੀ ਕਰ ਲਈ ਕਿਉਂਕਿ ਉੱਥੇ ਠੰਡ ਵੱਧ ਹੋਊਗੀ ਤੇ ਉੱਥੇ ਰਜਾਈਆਂ ਦੀ ਵੀ ਥੋੜ੍ਹੀ ਸ਼ੋਰਟੇਜ ਆ, ਦੋ ਰਜਾਈਆਂ ਤਾਂ ਅਸੀਂ ਨਾਲ ਲੈ ਚੱਲਦੇ ਹਾਂ ਤੇ ਬਾਕੀ ਕੰਬਲੀਆ ਉਹ ਕਮਰੇ 'ਚ ਹੀਟ ਲਾ ਲਾਂਗੇ ਜੀ, ਕੰਬਲ ਰੱਖਾਂਗੇ ਜੀ, ਰਜਾਈਆਂ ਹੋਣਗੀਆਂ ਉਹ 'ਚ ਫਿਰ ਰਜਾਈਆਂ ਹੋਣਗੀਆਂ। ਯੈਸ ਬਸ ਬਹੁਤ ਆ। ਪਵਨ ਕਹਿੰਦੇ ਆਪਣੇ ਕੋਲ ਇੰਨਾ ਕੁ ਸਮਾਨ ਆ, ਆਪਾਂ ਨੂੰ ਇੱਕ ਗੇੜਾ ਹੋਰ ਲਾਉਣਾ ਪੈਣਾ। ਮੈਂ ਚਾਹੀ ਮੇਰੇ ਦਿਮਾਗ 'ਚ ਗਣਾ ਆਇਆ ਇੱਕ ਗੇੜਾ ਗਿੱਧੇ ਵਿੱਚ ਹੋਰ ਨੀ ਬੱਲੀਏ, ਇੱਕ ਗੇੜਾ ਬੱਲੀਏ ਨੀ ਕੁੜੀਏ ਤੇ ਕੁੜੀਏ। ਚਲੋ ਅੱਜ ਨਾ ਆਪਣਾ ਕਿਵੇਂ ਫਿਲਮੀ ਜਿਹਾ ਵਲੌਗ ਬਣ ਰਿਹਾ ਨਾ, ਪਹਿਲਾਂ ਆਪਾਂ ਐਡ ਤੋਂ ਸ਼ੁਰੂ ਕੀਤਾ ਦਾਗ ਅੱਛੀ ਹੈ, ਹੁਣ ਇੱਕ ਗੇੜਾ ਗਿੱਧੇ ਵਿੱਚ, ਮਤਲਬ ਫਿਲਮ ਦੀ ਸਟੋਰੀ ਸੁਣਾਵਾਂਗੇ। ਹਾਂ ਮਤਲਬ ਅੱਜ ਦਾ ਵਲੌਗ ਹਿੱਟ ਸੁਪਰ ਹਿੱਟ। ਜਿਹੜਾ ਬੰਦਾ ਵਲੌਗ ਬਣਾਉਂਦਾ ਹੁੰਦਾ ਨਾ ਉਹ ਘੱਟ ਸਮਾਨ ਚੱਕ ਸਕਦਾ ਹੁੰਦਾ, ਉਹਨੂੰ ਅਲਾਊਡ ਹੁੰਦਾ। ਚਲੋ ਕੌਣ ਕਹਿੰਦਾ ਥਾਰ ਚ ਸਮਾਨ ਨੀ ਆਉਂਦਾ, ਲੈ ਇੱਕ ਕੰਬਲ, ਦੋ ਰਜਾਈਆਂ, ਦੋ ਬੈਗ, ਦੋ ਜਵਾਕ ਦੇ ਛੋਟੇ ਬੈਗ, ਇੰਨਾ ਸਮਾਨ ਆ ਜਾਂਦਾ। ਹੀਟਰ ਹੀਟਰ ਉੱਥੇ ਪਿਆ ਵਾ, ਕਹਿੰਦੇ ਜੀ ਥਾਰ ਚ ਦੋ ਬੰਦਿਆਂ ਨੇ ਬਹਿਣਾ ਵੀ ਆ। ਰੈਡੀ ਰਣਸ਼ੇਰ ਓਏ ਚੱਕ ਲਗਾ ਇਹ ਪੁੱਤਰ ਆ ਜਾਓ ਬਈ, ਅੱਜ ਤਾਂ ਨੀ ਰਹਿ ਗਿਆ ਤੁਸੀਂ ਫਾਰਮ, ਜਿਹੜੇ ਤਾਂ ਦੱਸੇ ਸੀ ਅੱਡੀ ਨੇ ਇਕੱਠੇ ਕਰੇ। ਚਲੋ ਬਈ ਅੱਜ ਕੱਲ ਵੀਡੀਓ ਚ ਪਿੱਛੇ ਦੋ ਆਵਾਜ਼ਾਂ ਬਹੁਤ ਨੀ ਆਉਂਦੀਆਂ, ਇੱਕ ਤਾਂ ਰਣਸ਼ੇਰ ਦੀ ਤੇ ਇੱਕ ਚਿੱਕਲੀ ਲਾ ਦੋ ਮੇਰੇ ਮੂੰਹ, ਮੈਂ ਖੰਗ ਵੀ ਨਹੀਂ ਸਕਦੀ ਨਾ ਜਦੋਂ ਕੋਈ ਗੱਲ ਕਰ ਲਗੂ ਮੈਂ। ਉਹ ਬਾਏ ਕਰਦੀ ਆ ਦਾਦੀ, ਦਾਦੀ ਬਾਏ ਕਰਦੀ ਆ ਬਾ, ਉਹ ਤਾਂ ਸੌਣ ਦੀ ਪੋਜੀਸ਼ਨ ਚ ਪੈ ਗਿਆ ਆਪਦਾ ਇੰਨੀ ਛੇਤੀ। ਅਸੀਂ 2 ਵਜੇ ਤੁਰਨਾ ਸੀ, ਤੁਰਦੇ ਤੁਰਦਿਆਂ ਨੇ 4 ਵਜਾ ਲਏ, ਬਾਹਰ ਮੌਸਮ ਨਾ ਥੋੜ੍ਹਾ ਜਿਹਾ ਖਰਾਬ ਹੋ ਚੱਲਿਆ,
ਤੁਸੀਂ ਕੋਈ ਕਹਿਣਾ ਚਾਹੁੰਦੇ ਹੋ? ਲੱਗਦਾ ਚਾਂਸ ਵੀ ਹੁੰਦਾ, ਮੈਂ ਡੈਡੀ ਤੋਂ ਪੁੱਛਣਾ ਵਾ। ਹਾਂਜੀ, ਸਾਡੀ ਇੱਕ ਪਰੰਪਰਾ ਵਾ, ਅਸੀਂ ਨੈਕੜੀ ਤੇ ਖੜਨਾ ਹੁੰਦਾ, ਆਗਿਆ ਹੈ? ਅਸੀਂ ਵੀ ਖਾ ਲਾਂਗੇ ਕੁਝ ਨਾ। ਕੱਲ ਜਦੋਂ ਦਿੱਲੀ ਹੈ, ਕੱਲ ਜਦੋਂ ਦਿੱਲੀ ਨੂੰ ਗਏ ਆਪਾਂ ਪਰਸੋਂ, ਮੇਰਾ ਉਦੋਂ ਵੀ ਧਿਆਨ ਮੈਕੜੀ ਚ, ਮੇਰਾ ਆਉਂਦੀ ਦਾ ਵੀ ਧਿਆਨ, ਮੈਂ ਕਿਹਾ ਉਹ ਹੁਣ ਮੈਂ ਰੋਕ ਨਹੀਂ ਸਕਦੀ, ਕਹਿ ਕੇ ਰੋਕੋ ਰੋਕੋ। ਹੋਰ ਮੈਂ ਪਿੱਧਰ ਨੂੰ ਹੱਸਾਂ, ਪਤਾ ਕੀ ਆ, ਜਦੋਂ ਆਪਦੀ ਗੱਡੀ ਤੇ ਜਾਂਦੇ ਹਾਂ ਆਪਾਂ ਕਿੰਨੀ ਵਾਰ ਕਰਦੇ ਇਹ ਸੌਖਾ। ਹੁਣ ਕੱਲ ਅਸੀਂ ਰੋਟੀ ਖਾ ਲਈ ਨੀ, ਸਵੇਰੇ ਸਾਡੇ ਪਰੌਂਠੇ ਖਾਧੇ ਹੋਏ ਸੀ, ਅਸੀਂ ਉਹ ਟਾਈਮ ਰੋਟੀ ਸਕਿੱਪ ਕਰਕੇ KFC ਜਾਂ ਮੈਕੜੀ ਵਗੈਰਾ ਹੈ ਜਾਂ ਕੁਛ ਖਾ ਸਕਦੇ ਸੀ ਜਾਂ ਸਾਬੇ ਖਾ ਸਕਦੇ ਸੀ, ਬਟ ਨਹੀਂ, ਉਹ ਵੀਰ ਜੀਆਂ ਨੇ ਸਾਨੂੰ ਢਾਬੇ ਤੇ ਰੋਟੀ ਖਵਾਉਣੀ ਸੀ। ਹਾਂ, ਫਿਰ ਉਹਨਾਂ ਨੇ ਵੀ ਚਾਹ ਪੀਣੀ ਹੁੰਦੀ ਆ, ਤਾਂ ਕਰਕੇ ਜੇ ਆਪਦੀ ਗੱਡੀ ਹੋਵੇ ਫਿਰ ਉਹ ਆਪਦੀ ਚੋਇਸ ਹੁੰਦੀ ਆ ਵੀ ਆਪਾਂ ਕੀ ਕਰਨਾ ਕੀ ਨਹੀਂ ਕਰਨਾ। ਤੇ ਅੱਜ ਸਾਡੀ ਇੱਕ ਆਉਂਦਿਆਂ ਦੀ ਹੋਰ ਡਿਸਕਸ਼ਨ ਚੱਲੀ ਗਈ ਆ, ਮੂਹਰੇ ਨੇ ਇੱਕ ਗੱਡੀ ਜਾਂਦੀ ਸੀਗੀ, ਉਹਦਾ ਨੰਬਰ ਪਿੱਛੋਂ ਸੀਗਾ 0777, ਮਤਲਬ ਆਪਣੇ ਪਰਮ ਵੀਰੇ ਦੀ ਗੱਡੀ ਦਾ ਵਾ। ਅਸੀਂ ਵੀਰੇ ਨੂੰ ਫੋਨ ਕਰਕੇ ਨਹੀਂ ਪੁੱਛਿਆ ਵੀ ਤੁਸੀਂ ਹੋ ਜਾਂ ਕੋਈ ਹੋਰ ਆਹੋ, ਬਸ ਅਸੀਂ ਗੱਡੀ ਓ ਦੇਖੀ ਗਏ ਆ, ਬਟ ਉਹ ਵੀਰਾ ਨਹੀਂ ਸੀਗਾ, ਮੂਹਰੇ ਨੰਬਰ ਹੋਰ ਸੀ, PV ਕੁਛ ਹੋਰ ਸੀਗਾ, ਉਹਨਾਂ ਦਾ ਤਾਂ 11। ਚਲੋ ਵੀ ਹੁਣ ਆਪਾਂ ਪਹੁੰਚਣ ਵਾਲੇ ਹਾਂ ਖੰਨੇ ਕੋਲੇ, 13 ਕਿਲੋਮੀਟਰ ਪਿੱਛੇ ਆਲੇ ਆਪਾਂ ਖੰਨੇ ਤੋਂ, ਫਿਰ ਆਪਾਂ ਚੱਲੀਏ। ਇਹ ਖੰਨੇ ਤੇ ਦਰਾਹੇ ਚ ਬਾਹਲਾ ਫਰਕ ਆ, ਐ ਲੱਗਦਾ ਵਾ ਵੀ ਇੱਕ ਦਿਨ ਪਿੰਦਰ ਕਹਿੰਦੇ ਪਵਨ ਮੇਲਾ ਦਾ ਆਪਾਂ ਦਰਾਹਾ ਲੰਘ ਗਏ, ਮੈਂ ਕਿਹਾ ਨਹੀਂ ਲੰਘੇ ਹੈਗੇ, ਖੰਨੇ ਦੇ ਦਰਾਹੇ ਚ ਕਾਫੀ ਫਰਕ ਆ। ਉਹ ਬਾਕੀ ਗਾਹਾਂ ਸਰਹੰਦ ਹੋ ਗਿਆ, ਫਤਿਹਗੜ੍ਹ ਸਾਹਿਬ ਹੋ ਗਿਆ, ਉਹ ਸਾਰੇ ਇਕੱਠੇ ਇਕੱਠੇ ਆ, ਗੋਬਿੰਦਗੜ੍ਹ ਮੰਡੀ। ਯੈਸ ਯੈਸ, ਯੂ ਆਰ ਐਬਸੋਲੂਟਲੀ ਰਾਈਟ, ਆਈ ਐਮ ਆਲਵੇਸ ਰਾਈਟ। ਪਿੰਦਰ ਦੀ ਗੱਲ ਰਹਿ ਗਈ ਸੀ, ਪਹਿਲਾਂ ਉਹਨਾਂ ਦੀ ਸੁਣ ਲਓ। ਆ ਮੈਕੜੀ ਦੇ ਗੱਲ ਤੋਂ ਗੱਲ ਚੇਤੇ ਆਏ ਨੇ ਮੈਨੂੰ, ਜਦੋਂ ਮੈਕੜੀ ਆਈ ਸੀ ਨਾ, ਜਿਹੜੀ ਤੁਸੀਂ ਦਿੱਲੀ ਤੋਂ ਆਏ ਸੀ ਕਿਤੋਂ, ਕਿੱਥੋਂ ਆਏ ਸੀ? ਮੈਂ ਤੇ ਸਿਮਰਨ ਸੀਗੇ। ਸਿਮਰਨ ਛੋਟਾ ਸੀਗਾ, ਮੇਰਾ 10 ਸਾਲ ਦਾ ਛੋਟਾ ਸੀਗਾ, 25 ਸਾਲਾਂ ਦਾ ਹੋਊਗਾ ਨਾ, ਤੇ ਮੈਨੂੰ ਨਾ ਘਰੇ ਲੈ ਕੇ ਕਹਿੰਦੇ ਵੀ ਇੱਥੇ ਨਵਾਂ ਬਣਿਆ ਬਰਗਰ ਵਾਲਾ, ਦੋਨੇ ਅੰਦਰ ਚਲੇ ਗਏ, ਆਰਡਰ ਕਰਨਾ ਨਹੀਂ ਆਇਆ, ਕਿਹੜੇ ਦੇਖੀ ਗਏ, ਕਹਿੰਦਾ ਮੇਰੇ ਦੀ ਹਾਰ ਕੇ ਸਾਰੇ ਕੁਲਚੇ ਗੱਲ ਵੀ ਛੱਡੋ, ਪੈਣਾ 5-5 ਰੁਪਏ ਦਸਾਂ ਚ ਕੁਲਚੇ ਖਾਵੇ ਭਰਾ ਸਾਹਿਬ, ਇਹ ਬਹੁਤ ਪੁਰਾਣੀ ਗੱਲ ਹੋਊਗੀ, 18 ਸਾਲ ਪੁਰਾਣੀ, 15 ਸਾਲ ਪੁਰਾਣੀ ਨਾ ਗੱਲ। ਇੱਕ ਵਾਰੀ ਮੈਂ ਅਸੀਂ ਨੀ ਸੀ ਗਏ ਇੱਧਰ ਮਾਨੂਪੁਰ ਸਾਈਡ, ਮੈਂ ਮੰਮੀ ਡੈਡੀ, ਡੈਡੀ ਆਉਂਦੇ ਹੋਏ ਕਹਿੰਦੇ ਮੈਕੜੀ ਖਾਵਾਂਗੇ, ਹਲੇ ਮੈਂ ਤੇ ਮੰਮੀ ਨੇ ਕਿਹਾ, ਮੈਂ ਕਿਹਾ ਵੀ ਨਹੀਂ ਮੇਰਾ ਜੀ ਨਹੀਂ ਕਰਦਾ ਵੀ ਆਪਾਂ ਕੁਛ ਹੋਰ ਖਾ ਲੈਂਦੇ, ਡੈਡੀ ਕਹਿੰਦੇ ਨਹੀਂ ਨਹੀਂ ਤੂੰ ਆਰਡਰ ਦੇ, ਦੋਨੇ ਜਣੇ ਬੈਠੇ ਕਹਿੰਦੇ ਮੈਂ ਫੈਂਟਾ ਪੀਊ, ਮੈਂ ਕੋਕ ਪੀਊ, ਜਦੋਂ ਮੈਂ ਡੈਡੀ ਤੋਂ ਪੈਸੇ ਮੰਗੇ ਡੈਡੀ ਕਹਿੰਦੇ ਹੈ ਇੰਨੇ ਪੈਸੇ, ਮੈਂ ਕਿਹਾ 7-8 ਸੌ, ਜੋ ਉਹ ਰੈਪ ਹੀ ਪਹਿਲਾਂ ਤਾਂ 2-2.5 ਸੌ ਰੁਪਏ ਦਾ ਹੁੰਦਾ, ਮੈਨੂੰ ਲੱਗਦਾ 300 ਦਾ ਹਨਾ, ਫਿਰ ਵਿੱਚ ਮੀਲ ਹੋ ਜਾਂਦੀ ਆ, ਉਹ ਮਹਿੰਗੀ ਕਰਦੇ ਨੇ ਭਾਈ, ਜਦੋਂ ਮੈਂ ਡੈਡੀ ਨੂੰ ਕਿਹਾ ਡੈਡੀ 800 ਰੁਪਏ, ਡੈਡੀ ਕਹਿੰਦੇ ਹੈ 800, ਮੈਂ ਕਿਹਾ ਡੈਡੀ ਆਪਸ਼ਨ ਦਿੱਤੀ ਸੀ ਤੁਹਾਨੂੰ ਪਹਿਲਾਂ ਵੀ ਆਪਾਂ ਬਾਹਰੋਂ ਹੀ ਕੁਛ ਖਾ ਲੈਂਦੇ ਹਾਂ, ਘਰੇ ਜਾ ਕੇ ਖਾ ਲਾਂਗੇ, ਬਟ ਤੁਸੀਂ ਮੇਰਾ ਦਿਨ ਨਾ ਹੱਸਾ ਨਿਕਲੇ, ਮੰਮੀ ਕਹੇ ਨਹੀਂ ਨਹੀਂ ਮੈਂ ਤਾਂ ਸੰਤਰੀ ਪੀਣਾ, ਮੈਂ ਤਾਂ ਫੈਂਟਾ ਪੀਣਾ, ਡੈਡੀ ਕਹਿੰਦੇ ਮੈਂ ਕੋਕ ਪੀਣਾ, ਹੁਣ ਤਾਂ ਇੰਨੀ ਕੁ ਮਹਿੰਗਾਈ ਹੋ ਗਈ, ਕੱਲ ਆਪਾਂ ਢਾਬੇ ਤੇ ਨਹੀਂ ਦੇਖਿਆ ਚਾਹ ਨਾਲ ਜੇ ਪਰੌਂਠੇ ਖਾਣੇ 4 ਬੰਦਿਆਂ ਨੇ, ਹਾਂ ਤਾਂ ਵੀ ਰੁਪਏ 800-900, ਨਾਲੇ ਇਹ ਨਹੀਂ ਵੀ 2-2 ਪਰੌਂਠੇ ਖਾਧੇ, ਇੱਕ ਇੱਕ ਪਰੌਂਠਾ ਖਾਧਾ ਸੀਗਾ, ਤੇ ਫਿਰ ਵੀ ਉਹਨਾਂ ਨੇ 800 ਰੁਪਇਆ ਬਣਾਤਾ, ਨਾਲ ਇੱਕ ਇੱਕ ਚਾਹ ਸੀਗੀ, ਬਟਰ ਉਹਨਾਂ ਦਾ ਫ੍ਰੀ ਸੀਗਾ, ਬ੍ਰੈਂਡ ਉਹਦਾ ਮੈਂ ਰੋਟੀ ਦਾ 80-100 ਰੁਪਇਆ ਦਿੰਦੇ ਆ, ਹਾਂ 35 ਰੁਪਇਆ ਖਾਣੀ ਦੋ ਲੋੜ ਚੋਪੜ ਕੇ 43 ਰੁਪਇਆ ਰੋਟੀ ਆਈ ਆ, ਡੈਡੀ ਰੋਟੀ ਆਈ ਆ ਸਾਰੇ ਪਾਸੇ ਹੀ ਆ, ਕਈ ਥਾਵਾਂ ਤੇ ਰੋਟੀ ਤੁਸੀਂ ਕਿਤੇ ਹੋਟਲ ਚ ਰਹਿਣਾ ਜਾ ਕੇ ਰੋਟੀ 100 ਰੁਪਇਆ ਦੀ ਕਿਆ ਕਰ ਦਿੰਦੇ ਆ, ਹਾਂਜੀ ਖਾਣ ਨੂੰ ਜੀ ਨਹੀਂ ਕਰਦਾ ਫਿਰ, ਸਹੀ ਗੱਲ ਆ, ਚਲੋ ਕੋਈ ਨਹੀਂ ਇਹ ਚੀਜ਼ ਥੋੜੀ ਜਿਹੀ ਨਜਾਇਜ਼ ਕਰ ਦਿੰਦੇ, ਹਾਂ 20 ਰੁਪਏ ਦੀ ਰੋਟੀ ਠੀਕ ਹੈ, ਇੰਨਾ ਧੱਕਾ ਦਾ ਤੇ ਮੈਨੂੰ ਜਾਇਜ਼ ਡੈਡੀ ਇਹ ਜਿਹੜੇ ਢਾਬੇ ਨੇ ਇਹਨਾਂ ਦੀ ਤਾਂ ਇੰਨੀ ਹੁੰਦੀ ਆ,
ਚਲੋ ਬੈਠਣ ਦੇ ਰੁਪਏ ਲੈ ਲੈਂਦੇ ਆ, ਏਸੀ ਚੱਲਦੇ ਆ, ਉਹਨਾਂ ਨੇ ਵੀ ਸਾਰਾ ਉਹਦਾ ਖਰਚਾ ਕੱਢਣਾ ਹੁੰਦਾ। ਬੰਦੇ ਆਪਾਂ ਨੂੰ ਤਿੰਨ ਤਰ੍ਹਾਂ ਦੇ ਮਿਲਦੇ ਆ, ਪਹਿਲਾਂ ਇੱਕ ਆਰਡਰ ਲੈ ਕੇ ਜਾਂਦਾ, ਫਿਰ ਰੋਟੀ ਹੋਰ ਫੜਾਉਂਦਾ, ਭਾਂਡੇ ਹੋਰ ਚੱਕਦਾ, ਫਿਰ ਉਹ ਸਾਰੇ ਵਿੱਚ ਸਾਰੇ ਅਲੱਗ ਅਲੱਗ ਹੁੰਦੇ ਆ। ਚਲੋ ਕੋਈ ਨੀ, ਪਰ ਇੱਕ ਗੱਲ ਆ, ਰਣਸ਼ੇਰ ਇੱਧਰ ਸੁੱਤਾ ਪਿਆ ਪੂਰਾ ਕੰਫਰਟੇਬਲ। ਇੱਕ ਗੱਲ ਆ, ਜਿਵੇਂ ਬਾਥਰੂਮ ਬੁਥਰੂਮ ਬੜੇ ਸਾਫ ਹੋਣ ਲੱਗ ਪਏ। ਉਹ ਵਧੀਆ ਪੁਆਇੰਟ ਹੈ, ਬਈ ਉਹ ਵੱਟ ਕੱਢ ਦਿੰਦੇ ਆ ਪੂਰੇ, ਆਏ ਜੇ ਪੈਸੇ ਲੈਂਦੇ ਆ, ਸਹੂਲਤ ਵੀ ਦਿੰਦੇ ਨਹੀਂ, ਪਰ ਚਾਹੀਦੇ ਵੀ ਆ, ਨਹੀਂ ਫਿਰ ਔਖਾ ਵਾ। ਜਦੋਂ ਬਾਈ ਉਹ ਨਹੀਂ ਆਉਂਦੇ ਸੀ, ਉਹ ਭੈਣੋ ਨਹੀਂ ਆਇਆ, ਪੂਰਾ ਮੂੰਹ ਲਪੇਟ ਗਈ ਬਾਥਰੂਮ ਦਾ, ਇੰਨੇ ਗੱਦੇ ਹੁੰਦੇ ਸੀ ਜਦ ਉਹਨਾਂ ਨੂੰ ਬਾਹਰ ਲਾ ਦਿੰਦੇ ਆ। ਰੋਟੀ ਖਾ ਲਾਂਗੇ, ਨਹੀਂ ਜਾਂਦੇ ਨੂੰ ਘਰੇ ਭੁੱਖ ਲੱਗੀ, ਵੈਸੇ ਵੀ ਲੱਗੀ ਹੋਈ ਆ ਭੁੱਖ, ਛੋਟਾ ਛੋਟਾ ਬਰਗਰ ਲੈ ਲੈ। ਚਲੋ ਵੀ ਖਾਈ, ਛੋਟਾ ਬਰਗਰ ਵੀ ਹੁੰਦਾ। ਹਾਂਜੀ ਡੈਡੀ, ਜਿਹੜਾ ਵੈਜੀ ਬਰਗਰ ਹੁੰਦਾ ਉਹ ਨਿੱਕਾ ਜਿਹਾ ਹੀ ਹੁੰਦਾ, ਦੋ ਕੀ ਦੰਦੀਆਂ ਹੁੰਦੀਆਂ ਨੇ ਉਹਦੇ ਤੇ। ਮੈਕਡੀ ਚ ਤਾਂ ਰਸ਼ ਬਹੁਤ ਸੀਗਾ, ਤੇ ਫਿਰ KFC ਚ ਬਸ ਦੋ ਗੱਡੀਆਂ ਸੀ, ਆਪਾਂ ਉੱਥੇ ਆ ਗਏ, ਹੁਣ ਆਪਾਂ KFC ਖਾਂਦੇ ਆ, ਬਰਗਰ ਖਾਂਦੇ ਆ। ਇਹਦੇ ਨਾਲ ਦੇ ਲੈ ਲੈਂਦਾ ਡੱਬੇ, ਠੰਡ ਕਰਕੇ ਸੁੱਕੇ ਨਹੀਂ ਹੋਏ, ਡੱਬੇ ਵਾਲੀ ਸਮੈਲ ਆ ਰਹੀ ਹੈ ਨਾ ਥੋੜੀ ਜੀ। ਐਡੇ ਵੱਡੇ ਬ੍ਰਾਂਡ 'ਚ ਵੀ ਇਹ ਪ੍ਰੋਬਲਮ, ਗਰਮ ਨਹੀਂ ਕਰਿਆ ਨਾ, ਪ੍ਰੋਪਰ ਜੀ ਬ੍ਰੈਡ ਗਰਮ ਵੀ ਨਹੀਂ ਕਰੀ, ਤਾਂ ਹੀ KFC ਘੱਟ ਚੱਲਦਾ ਰਿਹਾ ਮੱਕੜੀ ਨਾਲ, ਵਿਚਾਲੇ ਵਾਲਾ ਗਰਮ ਆ, ਬ੍ਰੈਡ ਠੰਡੇ ਆ। ਲਓ ਬਈ ਪਹੁੰਚ ਗਏ ਆਪਾਂ ਘਰੇ, ਆਓ ਬਈ ਮੰਮੀ ਡੈਡੀ, ਹਨੇਰਾ ਹੋਇਆ ਪਿਆ, ਲਾਈਟਾਂ ਲਾਉਣ ਵਾਲੀਆਂ ਨੇ। ਹਾਂਜੀ ਲਾਈਟਾਂ ਲਾਉਣੀਆਂ ਡੈਡੀ, ਮੈਂ ਇੱਕ ਮਿੰਟ। ਡੈਡੀ ਹੋਣੀ ਪਹਿਲੇ ਦਿਨ ਅੱਜ ਘਰੇ ਆਏ, ਤੇ ਘਰੇ ਆਉਂਦਿਆਂ ਨੂੰ ਹੀ ਲਾਈਟ ਭੱਜੀ ਹੋਈ ਸੀਗੀ। ਚਲੋ ਬਈ ਹਨੇਰੇ 'ਚ ਸਵਾਗਤ ਹੋਇਆ, ਘਰੇ ਲਾਈਟ ਨਹੀਂ ਸੀ ਭੱਜੀ ਹੋਈ। ਇੱਥੋਂ ਨਾ ਹਰਪਿੰਦਰ ਹੁਣੀ ਸਾਰੀਆਂ ਮੇਨ ਸੁੱਚਾਂ ਚੱਕ ਕੇ ਗਏ ਹੋਏ ਸੀਗੇ, ਤੇ ਡੈਡੀ ਹੁਣ ਘਰ ਦਾ ਟੂਰ ਲੈਂਦੇ ਹੋਏ ਸਾਰੀਆਂ ਚੀਜ਼ਾਂ ਦੇਖਦੇ ਹੋਏ ਵੀ ਕਿਵੇਂ ਕਿਵੇਂ ਬਣੀਆਂ ਨੇ। ਕੀ ਕਹਿਣ ਲੱਗੇ ਸੀ ਡੈਡੀ ਤੁਸੀਂ? ਹਾਂਜੀ ਦੇਖ ਲਓ, ਨਾਲੇ ਪੂਰਾ ਵਧੀਆ ਸਰ ਜਾਂਦਾ ਵਾ ਡੈਡੀ, ਫਿਰ ਪਿੰਡਾਂ 'ਚ ਕੰਮ ਆਪਣੇ ਖਲਾਰਾ ਵੱਧ ਪਾਉਣਾ ਹੁੰਦਾ ਆਪਣੇ ਵਧੀਆ। ਹਾਂਜੀ ਇਹ ਸਾਰੇ ਨਾਲੇ ਖਾਣੇ ਖੁਣੇ ਪ੍ਰੋਪਰਲੀ ਬਣੇ ਹੋਏ ਨੇ, ਸਾਡਾ ਨਾ ਪਿੱਛੇ ਬੋਕਰ ਰੱਖਿਆ ਹੋਇਆ ਵਾ, ਇਹਨੇ ਆਉਂਦੇ ਨੀ ਗਾਹ ਪਾ ਲਿਆ, ਡੈਡੀ ਨੂੰ ਕਹਿੰਦਾ ਉਧਰ ਨੂੰ ਚੱਲੋ ਵੀ ਮੈਨੂੰ ਉਹ ਕੱਢ ਕੇ ਦੇਵੋ, ਮੈਂ ਹੁਣ ਇਹ ਦਿੰਦੀ ਨੀ ਹੈਗੀ ਇਹਨੂੰ ਕਿਉਂਕਿ ਛੋਟਾ ਹੋ ਗਿਆ, ਫਿਰ ਡਿੱਪ ਪੈਂਦਾ ਵਾ। ਰਣਸ਼ੇਰ ਕਿੱਥੇ ਆ ਗਿਆ ਸੀ? ਚਲੋ ਵੀ ਹੁਣ ਆਪਾਂ ਉਹਦਾ ਸਮਾਨ ਸਮੂਨ ਟਕਾਈਏ। ਹਾਂਜੀ ਇਹਦਾ ਟਾਇਰ ਲੱਗੇ ਹੋਏ ਡੈਡੀ,
ਇਹ ਤਾਂ ਸਾਰੀ ਓ ਟਾਇਲ ਲੱਗੀ ਹੋਈ ਆ, ਸਮਾਨ ਵੀ ਇੱਥੇ ਪਿਆ ਤੇ ਆ ਕੇ ਨੈੱਟ ਵੀ ਰੀਚਾਰਜ ਕਰ ਲਿਆ। ਪਿਛਲੀ ਵਾਰੀ ਜਦੋਂ ਘਰੇ ਵਾਪਸ ਗਏ ਸੀ ਮੈਂ ਪਿਆਜ਼ ਤੇ ਆਲੂ ਲਿਫਾਫੇ 'ਚ ਪਾ ਕੇ ਇੱਥੇ ਰੱਖ ਕੇ ਭੁੱਲ ਗਈ, ਨਾਲੇ ਕੈਚਅਪ, ਬਟ ਬਚਾ ਰਹਿ ਗਿਆ। ਉਵੇਂ ਵਧੀਆ ਹੀ ਪਏ ਨੇ, ਪਿਆਜ਼ ਤਾਂ ਬਿਲਕੁਲ ਸਾਫ਼ ਪਏ ਨੇ। ਅਤੇ ਇੱਧਰ ਹਰਪਿੰਦਰੇ ਹੋਣੀ ਸਾਡੇ ਲਈ ਸਨੀਕਰ ਅਤੇ ਕਿਟਕੈਟ ਛੱਡ ਕੇ ਗਏ ਨੇ। ਅਤੇ ਹੁਣ ਆਪਾਂ ਇੱਧਰ ਪਾਣੀ ਭਰਨਾ ਧਰਤਾ, ਹੌਲੀ ਹੌਲੀ ਦਾਲ ਸਬਜ਼ੀ ਦੀ ਤਿਆਰੀ ਕਰਦੇ ਹਾਂ ਅਤੇ ਕੰਮ ਕਰਦੇ ਹਾਂ। ਹੁਣ ਅਸੀਂ ਚੱਲੇ ਆ ਘਰ ਦੇ ਸੌਦੇ ਪੱਤੇ ਲੈਣ, ਅੱਜ ਗੱਡੀ ਤੇ ਚੱਲੇ ਆ ਭਰਾਵੋ। ਪੁੱਛੋਗੇ ਹਵਾ ਬਹੁਤ ਚੱਲਦੀ ਹੈ, ਠੰਡ ਚ ਤਾਂ ਠਾਠਰ ਕੰਬ ਜਾਂਗੇ। ਤੇ ਰਣ ਸ਼ੇਰ ਮੰਮੀ ਡੈਡੀ ਕੋਲ ਘਰੇ ਆ। ਹਾਂਜੀ ਮੰਮੀ ਗਏ ਥੱਕ। ਹਾਂਜੀ ਮੰਮੀ ਕਰ ਰਹੇ ਨੇ ਆਰਾਮ, ਡੈਡੀ ਰਣ ਸ਼ੇਰ ਨਾਲ ਖੇਡ ਰਹੇ ਨੇ। ਦੁਕਾਨ ਖੁੱਲੀ ਆ ਕਿ ਬੰਦ ਹੋ ਗਈ? ਖੁੱਲੀ ਆ ਸਰ ਗਿਆ ਸਰ ਗਿਆ, ਇੱਥੋਂ ਹੀ ਸਰ ਗਿਆ। ਚਲੋ ਵੀ ਚਲੋ ਹੁਣ ਆਪਾਂ ਲਈਏ ਸੌਦਾ ਪੱਤਾ। ਗੱਲ ਤੇਰੀ ਪੱਕੀ ਆ, ਤੀਜਾ ਗਾਣਾ ਹੋ ਗਿਆ। ਕਿੰਨੀ ਸੋਹਣੀ ਜ਼ਿੰਦਗੀ ਹੁੰਦੀ ਸੀ ਪਹਿਲਾਂ, ਆ ਟਾਈਮ ਨੂੰ ਚੰਡੀਗੜ੍ਹ ਗੇੜੀਆਂ ਮਾਰ ਲੈਂਦੇ ਸੀ, ਨਜ਼ਾਰੇ ਹੀ ਲੈਂਦੇ। ਸਾਡੇ ਨਾਲ ਮਾਰ ਲਓ ਗੇੜੀਆਂ। ਕਿੰਨੇ ਮਟਰ ਲਿਆਈਏ? ਅਮਾ ਨਾਰੀਅਲ ਪਾਣੀ ਪੀਣਾ, ਨਾਰੀਅਲ ਪਾਣੀ ਪੀਣਾ। ਤੁਹਾਨੂੰ ਪਾਣੀ ਗਰਮ ਮਿਲੂ, ਇੱਕ ਹੀ ਲਵਾਇਆ ਮਟਰ ਬਣਾਉਣਾ। ਮਾੜਾ ਮਟਰ ਸ਼ੇਰ ਨੂੰ ਗਾਜਰ ਮਟਰ ਜੀ ਬਣਾ ਦਾਂਗੇ। ਬਹੁਤ ਸਾਲਾਂ ਬਾਅਦ ਮਟਰ ਕੱਢਿਆ ਮੈਂ ਆਪਦੇ ਹੱਥੀ। ਅੱਗੇ ਜਦੋਂ ਪਵਨ ਘਰੇ ਫੰਕਸ਼ਨ ਹੁੰਦਾ ਸੀ ਕੋਈ, ਜਾਂ ਜਿਵੇਂ ਖੰਡ ਪਾਠ ਦਾ ਭਵਣਾ, ਉਦੋਂ ਕੱਢਦੇ ਹੁੰਦੇ ਸੀ ਬਹਿ ਕੇ, ਹੈਨਾ? ਚਲੋ ਸੌਦਿਆਂ 'ਚ ਆਪਾਂ ਬਸ ਬੇਸਿਕ ਜਿਹੀਆਂ ਚੀਜ਼ਾਂ ਲਿਆਉਂਦੀਆਂ ਨੇ, ਜਿਵੇਂ ਸਬਜ਼ੀ ਹੋ ਗਈ, ਆਲੂ ਮਟਰ ਨਹੀਂ ਸੋਰੀ ਗਾਜਰਾਂ ਮਟਰ, ਅਤੇ ਇਹਦੇ ਵਿੱਚ ਹੈਗੇ ਪਿਆਜ਼, ਮਿਰਚਾਂ ਅਤੇ ਆਲੂ, ਅਦਰਕ ਪਿਛਲਾ ਹੀ ਪਿਆ ਸੀ, ਖੀਰਾ ਆਪਾਂ ਲਿਆਂਦਾ ਅਤੇ ਟਮਾਟਰ ਆਪਾਂ ਲਿਆਂਦੇ ਆ, ਅਤੇ ਬਾਕੀ ਕੋਕੋਨਟ ਵਾਟਰ ਲੈ ਕੇ ਆਉਂਦਾ, ਐੱਗ ਲੈ ਕੇ ਆਉਂਦੇ ਆ, ਦੁੱਧ ਅਤੇ ਦਹੀਂ ਲੈ ਕੇ ਆਉਂਦਾ ਵਾ, ਐਂਡ ਬਿਸਕੁਟ ਲਿਆਉਂਦੇ ਆ ਅਤੇ ਬ੍ਰੈਡ ਲਿਆਉਂਦੇ ਆ। ਇੱਧਰ ਇਹਨੇ ਰੌਲਾ ਪਾ ਕੇ ਬੋਕਰ ਆਪਦਾ ਕਢਵਾ ਹੀ ਲਿਆ। ਇੱਧਰ ਆ ਜਾ ਟਿੱਡੇ, ਆ ਜਾ ਹੁਣ ਪੂਰਾ ਖੁਸ਼ ਆ। ਡੈਡੀ ਹੁਣੀ ਪਹਿਲੀ ਵਾਰੀ ਆਇਆ ਨਾ, ਦੋ ਦੋ ਆਈਟਮਾਂ ਬਣ ਰਹੀਆਂ ਨੇ। ਇੱਧਰ ਤੜਕੇ ਮੈਂ ਲਾ ਰਿਹਾ, ਇੱਧਰ ਤੜਕੇ ਲਾ ਲਈਏ ਪਵਨ। ਟਾਈਮ 10:30 ਹੋ ਗਏ, ਡੈਡੀ ਮੰਮੀ ਦੇ ਰਣਸ਼ੇਰ ਨੇ ਰੋਟੀ ਖਾ ਲਈ, ਉਹ ਟੋਰ ਨਾਲ ਹੀਟਰ ਲਾ ਕੇ ਕਮਰੇ 'ਚ ਬੈਠੇ ਆ, ਅਤੇ ਹੁਣ ਮੈਂ ਅਤੇ ਪਵਨ ਆਪਦੀ ਰੋਟੀ ਖਾਣ ਲੱਗੇ ਹੋਏ ਹਾਂ। ਅੱਜ ਤਾਂ ਵਾਹਵਾ ਕੁਛ ਬਣਾਇਆ ਨਾ, ਵਾਹਵਾ ਟਾਈਮ ਲੱਗ ਗਿਆ ਨਾ, ਮਗਰੋਂ 2 ਘੰਟੇ ਲੱਗ ਗਏ। ਆਪਾਂ 6:30 ਵਜੇ ਆਏ ਹੋਏ ਹਾਂ, ਨਹੀਂ ਸੋਰੀ 7 ਵਜੇ ਆਏ ਹਾਂ ਆਪਾਂ, 7 ਵਜੇ ਆਏ ਆਪਾਂ। ਹਾਂ ਤੇ 3:30 ਘੰਟੇ ਹੋ ਗਏ। ਸਹੀ ਬਾਤ, ਵੀ ਸਮਾਨ ਲੈ ਕੇ ਆਉਂਦਾ ਫਿਰ ਬਣਾਇਆ, ਸਬਜ਼ੀ ਕੱਟੀ, ਕੱਟਣ ਨੂੰ ਵੀ ਟਾਈਮ ਵੱਧ, ਕੱਟਣ ਨੂੰ ਟਾਈਮ ਲੱਗਦਾ ਇਹਨਾਂ ਬਣਾਉਣ ਨੂੰ ਟਾਈਮ। ਮਟਰ ਛਿੱਲੇ ਹਾਂ ਪਿੰਦਰ ਨੇ। ਚਲੋ ਰੋਟੀ ਖਾ ਲਈਏ ਪਹਿਲਾਂ। ਡੈਡੀ ਕਿਵੇਂ ਲੱਗਿਆ ਫਲੈਟ, ਮਾਹੌਲ ਪੂਰਾ ਵਧੀਆ, ਸ਼ਾਂਤੀ ਆ, ਉੱਪਰ ਉੱਪਰ ਤਾਂ ਨਹੀਂ ਕਹਿੰਦੇ, ਵਧੀਆ
ਵਧੀਆ ਵਧੀਆ ਪਰ ਤੁਹਾਡਾ ਉਹ ਇੱਕ ਮੈਂ ਨੁਕਸਾਨ ਕਰ ਦਿੱਤਾ ਕੀ ਉਹ ਪਰਦਾ ਪਰੇ ਕਰਨ ਲੱਗਿਆ ਉਹ ਵਿੱਚ ਉਹਨੇ ਨੇ ਉਹ ਪਹਿਲਾਂ ਹੀ ਆਏ ਆ ਤੇ ਬਾਕੀ ਹੈ ਨਾ ਡੈਡੀ ਕੋਲ ਤਾਂ ਵਧੀਆ ਕਹਿ ਦਿੰਦੇ ਆ ਸਵੇਰੇ ਸਵੇਰੇ ਕਰਨ ਲੱਗੇ ਯਾਰ ਬਾਥਰੂਮ ਬੜਾ ਛੋਟਾ ਯਾਰ ਚਲੋ ਬਾਕੀ ਪਰਤ ਦਾ ਹੁੰਦਾ ਯਾਰ ਪਿੰਡ ਵਾਲੇ ਘਰ ਆ ਉਹਨਾਂ ਦਾ ਨਹੀਂ ਫਿਰ ਅਸੀਂ ਇੱਥੇ ਮਿਸ ਤਾਂ ਕਰਦੇ ਹੋ ਗੇੜਾ ਗੇੜਾ ਮੋਟਰਸਾਈਕਲ ਤੇ ਤੇ ਡੈਡੀ ਤੋਂ ਇੱਕ ਦਿਨ ਬਾਅਦ 'ਚ ਮੈਂ ਰਿਵਿਊ ਲੈ ਰਿਹਾ ਇਹ ਵੀਡੀਓ ਪਹਿਲੀ 'ਚ ਪਾ ਰਿਹਾ ਚਲੋ ਜੀ ਲੱਗ ਗਿਆ ਜੀ ਪੂਰਾ ਵਧੀਆ ਠੀਕ ਠਾਕ ਕੱਲ ਰੋਟੀ ਖਾਣ ਤੋਂ ਬਾਅਦ ਕਦੋਂ ਨੀਂਦ ਆ ਗਈ ਪਤਾ ਹੀ ਨੀ ਲੱਗੀ ਟਾਈਮ ਸਵੇਰ ਦੇ 7:30 ਹੋ ਗਏ ਅੱਜ ਡੈਡੀ ਉਹਨਾਂ ਦਾ ਹੈਗਾ ਮੈਡੀਕਲ ਡੈਡੀ ਤਾਂ ਜਿਵੇਂ ਘਰੇ ਆ ਤਾਂ ਸਵੇਰੇ 5:30 ਉੱਠ ਖੜਦੇ ਆ ਉਵੇਂ ਉੱਠ ਖੜੇ ਆਪ ਹੀ ਚਾਹ ਬਣਾ ਕੇ ਪੀ ਲਈ ਹੁਣ ਆਪਾਂ ਇਹ ਕਰਦੇ ਹਾਂ ਆਪ ਵਲੌਗ ਕਰਦੇ ਹਾਂ ਇੱਥੇ ਐਂਡ ਜੇ ਵਲੌਗ ਵਧੀਆ ਲੱਗਿਆ ਹੈ ਕਿਸੇ ਵੀ ਰੀਜ਼ਨ ਕਰਕੇ ਵਲੌਗ ਨੂੰ ਲਾਈਕ ਚੈਨਲ ਸਬਸਕ੍ਰਾਈਬ ਅਤੇ ਸਵਾਈ ਕਮੈਂਟ ਜ਼ਰੂਰ ਕਰਿਓ ਚੰਗਾ ਦੀ ਬਾਏ ਬਾਏ ਟਾਟਾ ਥੈਂਕ ਯੂ।